ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਭੰਗੜਿਆਂ ਦੇ ਨਾਲ ਅੰਮ੍ਰਿਤਸਰ ਨੂੰ ਇੱਕ ਨਵੀਂ ਉਡਾਨ ਮਿਲੀ ਹੈ। ਇਸ ਵਿੱਚ ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਕੁਆਲਾ ਲੰਪੁਰ ਤੋਂ ਉਡਾਨ ਸ਼ੁਰੂ ਕੀਤੀ ਹੈ। ਇਸ ਵਿੱਚ ਇਹ ਉਡਾਨ 16 ਅਗਸਤ ਤੋਂ ਸ਼ੁਰੂ ਹੋਗੀ ਜੋ ਕਿ ਹਫ਼ਤੇ 'ਚ 4 ਦਿਨ ਦੇ ਲਈ ਚੱਲੇਗੀ ਅਤੇ ਇਹ ਉਡਾਨ 3 ਘੰਟਿਆਂ ਦੀ ਹੋਵੇਗੀ ਜਿਸ ਦੀ ਇਸ ਉਡਾਨ ਨਾਲ ਸਿੱਧੇ ਲੋਕ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਨਾਲ ਨਾਲ ਕਈ ਵੱਡੇ ਦੇਸ਼ਾਂ ਨਾਲ ਜੁੜ ਸਕਣਗੇ। ਖੁਸ਼ੀਆਂ ਹੀ ਖੁਸ਼ੀਆਂ ਹੋ ਦਾਮਨ ਮੇਂ ਜਿਸਕੇ ਕਿਉਂ ਨਾ ਖੁਸ਼ੀ ਸੇ ਵੋ ਦੀਵਾਨਾ ਹੋ ਜਾਏ। ਅੱਜ ਇੰਨੀਆਂ ਖੁਸ਼ੀਆਂ ਦੇ ਨਾਲ ਝੋੜੀ ਭਰੀ ਹੈ ਸਾਡੀ। ਇਹੀ ਲੜਾਈਆਂ ਲੜਦੇ ਸੀ ਭਾਵੇਂ ਸਾਡੇ MP ਸਾਹਿਬ ਨੇ, ਭਾਵੇਂ ਮੈਂ, ਭਾਵੇਂ ਕੈਪਟਨ ਅਮਰਿੰਦਰ ਸਿੰਘ ਜੀ ਨੇ, ਕਿ ਜਿਹੜਾ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਨਾਲ ਵਿਤਕਰਾ ਹੁੰਦਾ ਉਹਦੇ ਖਿਲਾਫ਼ ਹਮੇਸ਼ਾ ਆਵਾਜ਼ ਚੁੱਕਦੇ ਰਹੇ। ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਅੱਜ ਦੁਨੀਆ ਦੇ ਵਿੱਚ ਜਿੱਥੇ 10,000 ਲੋਕ ਤਾਜ ਮਹਿਲ ਜਾਂਦੇ ਆ, ਆਗਰੇ ਜਾਂਦੇ ਆ, ਉੱਥੇ 1,25,000 ਲੋਕ ਅੰਮ੍ਰਿਤਸਰ ਆਉਂਦੇ। ਦਾ ਮੋਸਟ ਵਾਂਟਿਡ ਡੈਸਟੀਨੇਸ਼ਨ ਇਨ ਦੀ ਹੋਲ ਵਰਲਡ। ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ 48% ਸਾਡਾ ਜਿਹੜਾ ਟ੍ਰੈਫਿਕ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਦਾ ਉਹ ਵਧਿਆ। ਦਿਸ ਇਜ਼ ਨੋਟ ਅ ਗਰੋਇੰਗ ਏਅਰਪੋਰਟ, ਇਟਸ ਮਚ ਮੋਰ ਦੈਨ ਦੈਟ। ਦਿਸ ਇਜ਼, ਆਈ ਪਰਸਨਲੀ ਫੀਲ, ਵਨ ਆਫ ਮੋਸਟ ਇਵੋਲਵਿੰਗ ਏਅਰਪੋਰਟਸ ਐਂਡ ਇਟਸ ਅ ਗੇਮ ਚੇਂਜਰ ਫੋਰ ਆਰ ਇਕੋਨਮੀ। ਸਾਡੀ ਇਕੋਨਮੀ ਦੇ ਝੰਡੇ 'ਚ ਗੰਡਾ ਅਗਰ ਲੱਗ ਸਕਦਾ ਤਾਂ ਫਲਾਈਟਾਂ ਨਾਲ ਲੱਗ ਸਕਦਾ। ਪੈਰਿਸ ਦੇਖ ਲਓ, ਲੰਡਨ ਦੇਖ ਲਓ, ਜਿੰਨੀਆਂ ਵੀ ਵਧੀਆਂ ਆਰਥਿਕ ਵਿਵਸਥਾਵਾਂ ਨੇ ਉਹਨਾਂ ਤਰੱਕੀ ਉਦੋਂ ਕੀਤੀ ਹੈ ਜਦੋਂ ਉਸ ਸ਼ਹਿਰ ਦੇ ਏਅਰਪੋਰਟ ਨੇ ਵਿਕਸਿਤ ਹੋ ਕੇ ਦਿਖਾਇਆ, ਵਿਸਤਾਰ ਹੋਇਆ, ਫੈਲਾਅ ਹੋਇਆ, ਫਲਾਈਟਾਂ ਵਧੀਆ ਨੇ। ਕਿਉਂਕਿ ਇਕੋਨਮੀ ਨੂੰ ਸਿੱਧੀ ਸਪੋਰਟ ਮਿਲਦੀ ਹੈ ਜਦੋਂ ਵੀ ਫਲਾਈਟਾਂ ਦਾ ਆਗਮਨ ਹੁੰਦਾ ਹੈ। 100 ਮੀਟਰ ਦੀ ਸਟ੍ਰਿਪ ਹੈ, ਇਟ ਕਨੈਕਟ ਯੂ ਵਿਦ ਹੋਲ ਵਰਲਡ। ਸੋ ਤੁਸੀਂ ਸੋਚ ਲਓ ਕਿ ਇਹਦੀ ਅਹਿਮੀਅਤ ਕਿੰਨੀ ਹੈ, ਇਹਦੀ ਇੰਪੋਰਟੈਂਸ ਕਿੰਨੀ ਹੈ। ਏਅਰ ਏਸ਼ੀਆ ਕਿਉਂ ਮੈਂ ਕਹਿੰਦਾ ਕਿ ਆਪ ਆਏ ਬਹਾਰ ਆਈ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।